ਅੱਜ ਬਣਾਨੇ ਕੋਕ ਐਂਡ ਈਜ਼ੀ ਈਵਨਿੰਗ 스ਨੈਕ ਚਾਹ ਕਾਫੀ ਦੇ ਨਾਲ ਕੰਮ ਤੋਂ ਥੱਕ ਕੇ ਆਏ ਨੂੰ ਕੁਝ ਚਟਪਟਾ ਜਿਹਾ ਖਾਣ ਨੂੰ ਮਿਲ ਜੇ ਤਾਂ ਸਾਰੇ ਦਿਨ ਦੀ ਥਕਾਵਟ ਮਿੰਟਾਂ 'ਚ ਦੂਰ ਹੋ ਜਾਂਦੀ ਹੈ ਸੋ ਅੱਜ ਬਣਾਨੇ ਕੋਕ ਐਂਡ ਈਜ਼ੀ ਓਟ ਚਾਟ ਇਹਨੂੰ ਬਣਾਉਣ 'ਚ ਲੱਗਣਾ ਸਾਰੇ ਆਪਣੇ 10 ਮਿੰਟ ਪਹਿਲਾਂ ਆਪਾਂ ਇਹਦੇ ਕ੍ਰਾਂਚ ਦੀ ਆਵਾਜ਼ ਸੁਣਦੇ ਆ ਕਿਆ ਬਾਤ ਹੈ ਜੀ ਸੋ ਵਿਦਆਊਟ ਵੇਸਟਿੰਗ ਐਨੀ ਟਾਈਮ ਲੈਟਸ ਗੈਟ ਇਨਟੂ ਦ ਰੈਸਪੀ ਆਓ ਚਾਟ ਬਣਾਉਣ ਦੇ ਲਈ ਆਪਾਂ ਪੈਨ ਦੇ ਵਿੱਚ ਅੱਧਾ ਚਮਚਾ ਦੇਸੀ ਘਿਓ ਦਾ ਪਾ ਕੇ ਮਸਟਰਡ ਸੀਡ ਡਰਾਈ ਰੈੱਡ ਚਿਲੀ ਕੜੀ ਪੱਤਾ ਤੇ ਮਸਾਲੇ ਐਡ ਕਰਾਂਗੇ ਲੂਣ ਲਾਲ ਮਿਰਚ ਹਲਦੀ ਕਰੀਐਂਡਲ ਪਾਊਡਰ ਗਾਰਲਿਕ ਪਾਊਡਰ ਤੇ ਸਾਰੀ ਚੀਜ਼ ਨੂੰ ਮਿਕਸ ਕਰ ਲਾਂਗੇ ਗੈਸ ਆਪਾਂ ਲੋ ਹਿੱਟ ਤੇ ਹੀ ਰੱਖਾਂਗੇ ਨਾਲ ਹੀ ਆਪਾਂ ਇੱਕ ਹੈਂਡਫੁੱਲ ਕੌਰਨ ਫਲੇਕਸ ਆ ਤੇ ਦੋ ਹੈਂਡਫੁੱਲ ਆਪਾਂ ਰੋਲ ਓਟਸ ਤੇ ਪਾ ਕੇ ਆਪਾਂ ਸਾਰੀ ਚੀਜ਼ ਨੂੰ 1-2 ਮਿੰਟ ਰੋਸਟ ਕਰ ਲਾਂਗੇ ਉਸ ਤੋਂ ਬਾਅਦ ਉਹਦੇ ਵਿੱਚ 10-15 ਆਪਾਂ ਹੋਇਆ ਪਿਆਜ਼ ਟਮਾਟਰ ਨਿੰਬੂ ਨੂੰ ਚੋੜਾਂਗੇ ਤੇ ਪਾਵਾਂਗੇ ਚਾਟ ਮਸਾਲਾ ਤੇ ਸਾਰੀ ਚੀਜ਼ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਆਪਣੇ ਆਪ ਨੂੰ ਸਰਵ ਕਰਾਂਗੇ ਹੋਪ ਯੂ ਲਾਈਕ ਦ ਰੈਸਪੀ ਪਲੀਜ਼ ਲੀਵ ਅ ਕਮੈਂਟ ਫਾਰ ਮੀ ਇਫ ਯੂ ਨੀਡ ਐਨੀ ਹੈਲਪ ਰਿਗਾਰਡਿੰਗ weight loss weight gain ਟਿਪ ਟ੍ਰਿਕ ਫੀਲ ਫਰੀ ਟੂ ਕੰਟੈਕਟ ਅਸ ਲਿੰਕ ਇਨ ਬਾਇਓ ਗੁੱਡ ਲੱਕੀ ਸਾਸ਼ੀ ਕਾਰ